ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਜੇ ਤੁਹਾਡਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ ਤਾਂ ਮੈਂ ਇੱਕ ਬਹੁਤ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਹੈ। ਪੰਜਾਬ ਸਰਕਾਰ 24 ਦਸੰਬਰ ਦਿਨ ਸ਼ਨੀਵਾਰ ਨੂੰ ਸਾਰੇ ਸਰਕਾਰੀ ਸਕੂਲਾਂ 'ਚ ਇੱਕ ਮੈਗਾ PTM ਕਰ ਰਹੀ ਹੈ। PTM ਦਾ ਮਤਲਬ ਹੈ ਪੇਰੈਂਟ ਟੀਚਰ ਮੀਟਿੰਗ, ਯਾਨੀ ਕਿ ਅਧਿਆਪਕ ਅਤੇ ਮਾਪੇ ਉਹ ਦੋਨੋਂ ਮਿਲਣਗੇ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਿੰਨਾ ਯੋਗਦਾਨ ਬੱਚੇ ਦੀ ਪੜ੍ਹਾਈ 'ਚ ਅਧਿਆਪਕ ਦਾ ਹੁੰਦਾ ਹੈ, ਉਹਨਾਂ ਮਾਤਾ ਪਿਤਾ ਦਾ ਵੀ ਹੁੰਦਾ ਹੈ। ਇਸ ਕਰਕੇ 24 ਦਸੰਬਰ ਨੂੰ ਤੁਸੀਂ ਆਪਣੇ ਬੱਚੇ ਦੇ ਸਕੂਲ ਜ਼ਰੂਰ ਆਉਣਾ, ਚਾਹੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਛੱਡਣਾ ਪਵੇ। ਕਿਉਂਕਿ ਜਦੋਂ ਤੁਸੀਂ ਆਪਣੇ ਬੱਚੇ ਦੇ ਅਧਿਆਪਕਾਂ ਨੂੰ ਮਿਲੋਗੇ, ਅਧਿਆਪਕ ਤੁਹਾਨੂੰ ਮਿਲਣਗੇ, ਤਾਂ ਬੱਚਾ ਕਿਹੜੇ ਸਬਜੈਕਟ ਦੇ ਵਿੱਚ ਅੱਛਾ ਕਰ ਰਿਹਾ, ਕਿਹੜੇ ਸਬਜੈਕਟ 'ਚੋਂ ਕਮਜ਼ੋਰ ਹੈ, ਇਹ ਸਾਰਾ ਕੁਝ ਪਤਾ ਲੱਗ ਜੂਗਾ ਅਤੇ ਤੁਹਾਨੂੰ ਇਹ ਵਿਸ਼ਵਾਸ ਹੋਊਗਾ ਕਿ ਹਾਂ ਸਾਡਾ ਬੱਚਾ ਸਾਡੀਆਂ ਨਜ਼ਰਾਂ 'ਚ ਅੱਛੇ ਸਕੂਲ 'ਚ ਅਤੇ ਅੱਛੇ ਟੀਚਰਾਂ ਕੋਲ ਪੜ੍ਹ ਰਿਹਾ। ਮੈਂ ਬੇਨਤੀ ਕਰਦਾ ਕਿ ਜਿੰਨਾ ਵੀ ਮਰਜ਼ੀ ਜ਼ਰੂਰੀ ਕੰਮ ਛੱਡਣਾ ਪਵੇ, ਇਸ ਮੈਗਾ PTM ਦੇ ਵਿੱਚ ਜ਼ਰੂਰ ਹਾਜ਼ਰੀ ਲਵਾਉਣੀ ਹੈ। ਇੱਕ ਮੈਂ ਹੋਰ ਅਨਾਊਂਸਮੈਂਟ ਕਰਦਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਨੂੰ ਅਸੀਂ 24 ਤਰੀਕ ਨੂੰ ਸ਼ਨੀਵਾਰ ਨੂੰ 2 ਘੰਟੇ ਦੀ ਛੁੱਟੀ ਦੇਵਾਂਗੇ ਤਾਂ ਕਿ ਉਹ ਆਪਣੇ ਬੱਚੇ ਦੇ ਸਕੂਲ 'ਚ ਜਾ ਕੇ ਅਧਿਆਪਕ ਮਾਪੇ ਮਿਲਣੀ ਦੇ ਵਿੱਚ ਹਿੱਸਾ ਲੈ ਸਕਣ। ਮੇਰੇ ਵੱਲੋਂ ਇੱਕ ਵਾਰੀ ਫਿਰ ਬੇਨਤੀ ਹੈ ਕਿ ਇਸ ਮੌਕੇ ਨੂੰ ਆਪਾਂ ਗਵਾਉਣਾ ਨਹੀਂ, ਆਪਾਂ ਲਾਈਟਲੀ ਨਹੀਂ ਲੈਣਾ ਕਿ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ ਜੇ ਮੈਂ ਨਹੀਂ ਜਾਊਂਗਾ, ਇਸ ਤਰ੍ਹਾਂ ਆਪਾਂ ਅਵੇਸਲੇ ਨਹੀਂ ਹੋਣਾ, ਕਿਉਂਕਿ ਆਪਾਂ ਨੇ ਪੰਜਾਬ ਨੂੰ ਰੰਗਲਾ ਅਤੇ ਸਿੱਖਿਅਤ ਐਜੂਕੇਟਡ ਪੰਜਾਬ ਜਿਹੜਾ ਉਹ ਬਣਾਉਣਾ। ਇਹਦੇ ਵਾਸਤੇ ਤੁਹਾਡੇ ਸਾਰਿਆਂ ਦਾ ਸਹਿਯੋਗ ਦੀ ਮੈਨੂੰ ਲੋੜ ਹੈ। ਮੈਨੂੰ ਉਮੀਦ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੇਰੈਂਟ ਟੀਚਰ ਮੀਟਿੰਗ ਦਾ ਜਿਹੜਾ ਮੈਗਾ ਇਵੈਂਟ ਹੈ, ਤੁਸੀਂ ਸਾਰੇ ਜਣੇ ਆ ਕੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਪਰਫੋਰਮੈਂਸ ਦੀ ਰਿਪੋਰਟ ਲਓਗੇ, ਘਰ ਉਹ ਕੀ ਕਰਦਾ ਇਹ ਵੀ ਦੱਸੋਗੇ, ਸਕੂਲ ਦੇ ਵਿੱਚ ਉਹਦੀਆਂ ਕੀ ਐਕਟੀਵਿਟੀਆਂ ਨੇ ਇਹ ਤੁਹਾਨੂੰ ਅਧਿਆਪਕ ਦੱਸਣਗੇ। ਸੋ 24 ਦਸੰਬਰ ਦਿਨ ਸ਼ਨੀਵਾਰ ਨੂੰ। ਸਤਿ ਸ਼੍ਰੀ ਅਕਾਲ ਜੀ।